ਲਾਜ਼ਮ ਹੈ ਕਿ ਹਮ ਵੀ ਦੇਖੇਂਗੇ। ਫੈਜ਼ ਅਹਿਮਦ ਫੈਜ਼ ਦੀ ਇਹ ਕਵਿਤਾ ਆਮ ਤੌਰ 'ਤੇ ਮੁਜ਼ਾਹਰਿਆਂ ਵਿੱਚ ਗਾਈ ਜਾਂਦੀ ਹੈ, ਪਰ IIT ਕਾਨਪੁਰ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਮੁਜ਼ਾਹਰੇ ਦੌਰਾਨ ਜਦੋਂ ਵਿਦਿਆਰਥੀਆਂ ਨੇ ਇਸ ਨੂੰ ਗਾਇਆ ਤਾਂ ਇੱਕ ਫੈਕਲਟੀ ਮੈਂਬਰ ਨੂੰ ਇਹ ਲੱਗਾ ਕਿ ਇਹ ਹਿੰਦੂ ਵਿਰੋਧੀ ਹੈ। ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਪਰ ਇਹ ਕਵਿਤਾ ਹੈ ਕੀ ਇਹ ਤਾਂ ਜਾਣੀਏ। ਲਾਜ਼ਮ ਹੈ ਕਿ ਹਮ ਵੀ ਦੇਖੇਂਗੇ ਵੋ ਦਿਨ ਕਿ ਜਿਸ ਕਾ ਵਾਅਦਾ ਹੈ ਜੋ ਲੋਹ ਅਜ਼ਲ ਮੈਂ ਲਿਖਾ ਹੈ, ਜਬ ਜ਼ੁਲਮ ਓ ਸਿਤਮ ਕੇ ਕੋਹ ਗਿਰਾਂ ਰੂਈ ਕੀ ਤਰ੍ਹਾਂ ਉੜ ਜਾਏਂਗੇ, ਹਮ ਮਹਿਕੂਮੋ ਕੇ ਪਾਓਂ ਤਲੇ, ਜਬ ਧਰਤੀ ਧੜ ਧੜ ਧੜਕੇਗੀ ਔਰ ਅਹਿਲੇ ਹਕਮ ਕੇ ਸਰ ਉਪਰ ਜਬ ਬਿਜਲੀ ਕੜ ਕੜ ਕੜਕੇਗੀ, ਜਬ ਅਰਜ਼ ਖੁਦਾ ਕੇ ਕਾਬੇ ਸੇ ਸਭ ਬੁੱਤ ਉਠਵਾਏ ਜਾਏਂਗੇ, ਹਮ ਅਹਿਲੇ ਸਫ਼ਾ ਮਰਦੂਦ ਹਰਮ ਮਸਨਦ ਪੇ ਬਿਠਾਏ ਜਾਏਂਗੇ, ਸਭ ਤਾਜ ਉਛਾਲੇ ਜਾਏਂਗੇ, ਸਭ ਤਖ਼ਤ ਗਿਰਾਏ ਜਾਏਂਗੇ, ਬਸ ਨਾਮ ਰਹੇਗਾ ਅੱਲਾਹ ਕਾ, ਜੋ ਗਾਇਬ ਵੀ ਹੈ ਹਾਜ਼ਰ ਵੀ, ਜੋ ਮੰਜ਼ਰ ਵੀ ਹੈ ਨਾਜ਼ਰ ਵੀ, ਉੱਠੇਗਾ ਅਨਲ ਹੱਕ ਕਾ ਨਾਰਾ, ਜੋ ਮੈਂ ਵੀ ਹੂੰ ਔਰ ਤੁਮ ਵੀ ਹੋ, ਔਰ ਰਾਜ ਕਰੇਗੀ ਖਲਕ ਖੁਦਾ, ਜੋ ਮੈਂ ਵੀ ਹੂੰ ਔਰ ਤੁਮ ਵੀ ਹੋ।